ਅਸੀਂ ਤਾਂ ਉਹਨਾਂ ਦੇ ਨਾਲ ਹੈ ਹੋ ਰਿਹਾ। ਇਹਦੇ ਵਿੱਚ ਜ਼ਰੂਰ ਰੋਸ ਜਾਗੂਗਾ ਪੰਜਾਬ 'ਚ, ਔਰ ਜਦੋਂ ਰੋਸ ਜਾਗਦਾ ਫਿਰ ਕੁਛ ਵੀ ਹੋ ਸਕਦਾ। ਇਸ ਕਰਕੇ ਇਹ ਮੈਂ ਬਾਰ ਬਾਰ ਕਿਹਾ ਸੀ, ਮੈਂ 3 ਚਿੱਠੀਆਂ ਪ੍ਰਾਈਮ ਮਿਨਿਸਟਰ ਨੂੰ ਲਿਖ ਚੁੱਕਿਆ, ਇਸ 'ਤੇ ਮੈਂ ਪਰਸਨਲੀ ਮਿਲ ਚੁੱਕਿਆ, ਹੁਣ ਨਹੀਂ ਇਹ ਕਾਫੀ ਦੇਰ ਦੀ ਗੱਲ ਹੈ। ਅਸੀਂ 3 ਵਾਰ ਉਹਨਾਂ ਨੂੰ ਲਿਖ ਚੁੱਕੇ ਹਾਂ ਕਿ ਤੁਸੀਂ ਆਹ ਨਾ ਕਰੋ, ਇਹਦੇ ਨਾਲ ਬੜੀ ਗੜਬੜ ਹੈ, ਲੋਕਾਂ ਦੀ ਨੈਸ਼ਨਲ ਇੰਟਰਸਟ ਜਿਹੜਾ ਆਪਾਂ ਇਸ 'ਚ ਲੂਜ਼ ਕਰ ਬੈਠਾਂਗੇ। ਨਹੀਂ ਮੰਨੇ ਉਹਨਾਂ ਨੇ, ਹੁਣ ਆਰਡੀਨੈਂਸ ਲਿਆਏ ਨੇ। ਮੈਂ ਆਸ ਕਰਦਾ ਕਿ ਇੱਕ ਤਾਂ ਪਾਸ ਕਰਤਾ ਕਰ, ਲੇਕਿਨ ਦੂਜੇ 2 ਸਮਝ ਕੇ ਕਿ ਦੇਸ਼ ਦਾ ਕਿੰਨਾ ਨੁਕਸਾਨ ਹੋਊ, ਐਂਡ ਇਹ ਵੀ ਸਮਝਣ ਕਿ ਪੰਜਾਬ ਦੇ ਵਿੱਚ 75% ਕਿਸਾਨੀ ਸਾਡੀ ਤਕਰੀਬਨ 5 ਏਕੜ ਤੋਂ ਘੱਟ ਹੈ, ਉਹ ਤੋਂ ਅੱਧੀ ਜਿਹੜੀ ਹੈ ਉਹ 2 ਏਕੜ ਤੋਂ ਘੱਟ ਹੈ। ਜਦੋਂ ਲੋਕ ਉਹਨਾਂ ਦੇ ਜਿਨਸ ਦਾ ਭਾਅ ਗਿਰੂਗਾ, ਵਿੱਚ ਇਟ ਵਿਲ ਫੋਲ, ਜਦੋਂ ਤੁਹਾਡੀ ਕੋਈ MSP ਨਹੀਂ ਹੋਣੀ, ਜਦੋਂ ਕੋਈ ਏਜੰਸੀ ਨਹੀਂ ਹੋਣੀ ਫੂਡ ਕਾਰਪੋਰੇਸ਼ਨ ਇਹਨੂੰ ਸੰਭਾਲਣ ਵਾਸਤੇ, ਫਿਰ ਪ੍ਰਾਈਸਿਸ ਫੋਲ ਕਰਨਗੀਆਂ। ਫਿਰ ਜਿਹੜਾ 2 ਕਿੱਲੇ ਦਾ ਮਾਲਕ ਹੈ ਉਹ ਆਪਣੇ ਬੱਚਿਆਂ ਨੂੰ ਕੈਸੇ ਰੋਟੀ ਖਵਾਓ, ਅਤੇ ਉਹਦੇ 'ਤੇ ਨਿਰਭਰ ਨੇ ਉਹ ਲੋਕ ਜਿਹੜੇ ਪਿੰਡਾਂ ਦੇ ਵਿੱਚ ਵੱਸਦੇ ਨੇ, ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਵੀ ਨਹੀਂ, ਉਹ ਕਿਸਾਨੀ 'ਤੇ ਨਿਰਭਰ ਨੇ, ਉਹਨਾਂ ਦਾ ਕੀ ਹੋਊਗਾ। ਇਹ ਸਾਰੀਆਂ ਇਸ਼ੂਜ਼ ਨੂੰ ਸੋਚ ਕੇ ਇਸ ਗਵਰਨਮੈਂਟ ਨੂੰ ਕਰਨਾ ਚਾਹੀਦਾ ਸੀ ਫੈਸਲਾ, ਲੇਕਿਨ ਫੋਰ ਸਮ ਰੀਜ਼ਨ ਔਰ ਦੀ ਅਦਰ ਇਹਨਾਂ ਦੀ ਸੋਚ ਕਿਤੇ ਹੋਰ ਹੈ। ਵੱਡੇ ਕੋਪਰੇਟ ਹਾਊਸਿਸ ਨੂੰ ਵਗੈਰਾ ਨੂੰ ਉਹਨਾਂ ਨੂੰ ਮਜ਼ਬੂਤ ਕਰਨਾ ਹੈ, ਜਾਂ ਉਹਨਾਂ ਨੂੰ ਹੋਰ ਕੁਛ ਦੇਣਾ ਹੈ। ਔਰ ਜਿਹੜੀ ਗਰੀਬੀ ਹੈ ਸਾਡੀ, ਜਿਹੜੀ ਅੰਨ ਖਵਾਉਂਦੀ ਹੈ, ਜਿਹੜੀ ਮਿਹਨਤ ਕਰਦੀ ਹੈ, ਉਹਨਾਂ ਨੂੰ ਤੁਸੀਂ ਭੁੱਲ ਜਾਓ। ਦਿਸ ਇਜ਼ ਦੈਰ ਸੀਮਸ ਟੂ ਬੀ ਇਹਨਾਂ ਦੀ ਪੋਲਿਸੀ। ਇੱਕ ਜੋ ਪਾਸ ਕਰਤਾ ਅਸੀਂ ਤਾਂ ਅਪੋਜ਼ ਕਰਦੇ ਹਾਂ, ਵੀ ਥਿੰਕ ਦਿਸ ਇਜ਼ ਟੋਟਲੀ ਰੋਂਗ, ਲੇਕਿਨ ਦੂਜੇ 2 ਅਗਰ ਕਰਨਗੀਆਂ ਫਿਰ ਤਾਂ ਬੇੜਾ ਗਰਕ ਹੀ ਕਰ ਦੇਣਗੇ ਸੂਬੇ ਦਾ। ਔਨ ਵਾਟ, ਔਨ ਦਿਸ ਵਾਇਲੇਸ਼ਨ, ਇਹ ਨਹੀਂ ਹੋਏਗਾ, ਦੇ ਵਿਲ ਬੀ ਨੋ। ਦੇਖੋ ਅਗਰ ਕੋਈ 2 ਫੀਸਦੀ ਵਾਲਾ ਉੱਥੇ ਚਲਾ ਜਾਏ ਔਰ ਉੱਥੇ ਕੋਈ ਦੇਖ ਲਏ ਕਿ 144 ਦਾ ਹੁਕਮ ਹੈ, ਤਾਂ ਫਿਰ ਕੀ ਕਰੂਗਾ? ਲੇਕਿਨ ਆਈ ਵਿਲ ਸੀ ਦੈਟ ਨੋ ਕੋਈ ਪਰਚੇ ਨਹੀਂ ਦਿੱਤੇ, ਉਹ ਬਿਲਕੁਲ ਵਾਪਸ ਕਰਾਏ ਜਾਣਗੇ। ਉਹ ਆਪਣੀ ਰੋਜ਼ੀ ਰੋਟੀ ਆਪਣੇ ਬੱਚੇ ਦਾ ਭਵਿੱਖ ਲੜ ਰਹੇ ਨੇ, ਦੇ ਲਈ ਲੜ ਰਹੇ ਨੇ। We are not going to allow anything like this to happen. देश विदेश के तमाम खबरों से जुड़े रहने के लिए सब्सक्राइब करें सच कहूं, और बेल आइकन प्रेस करके पाएं हर लेटेस्ट अपडेट सबसे पहले।